ਐਡਵੋਕੇਟ ਘੁੰਮਣ ਨੇ ਨਡਾਲਾ 'ਚ ਸਟਰੋਂਗ ਵਾਟਰ ਪਾਈਪਲਾਈਨ ਪ੍ਰੋਜੈਕਟ ਦਾ ਕੀਤਾ ਉਦਘਾਟਨ। ਕਹਿੰਦੇ ਹਨ 12 ਵਰ੍ਹਿਆਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ। ਸ਼ਾਇਦ ਇਹ ਅਖਾਣ ਹੁਣ ਕਸਬਾ ਨਡਾਲਾ ਲਈ ਸੱਚ ਹੁੰਦਾ ਜਾਪ ਰਿਹਾ, ਕਿਉਂਕਿ ਹੁਣ ਕਸਬਾ ਨਡਾਲਾ 'ਚ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ, ਜਿਹਦੇ ਚੱਲਦਿਆਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਅੱਜ ਜੱਜੀ ਮਾਰ ਕੋਲ ਪੈਂਦੇ ਗੰਦੇ ਨਾਲੇ ਤੋਂ ਬਿਲਪੁਰ ਛੱਪੜ ਤੱਕ, ਜਿਸ ਦੀ ਕੁੱਲ ਲੰਬਾਈ ਤਕਰੀਬਨ 1 ਕਿਲੋਮੀਟਰ ਬਣਦੀ ਹੈ, ਨੂੰ ਸਟਰੋਂਗ ਵਾਟਰ ਪਾਈਪ ਲਾਈਨ ਪ੍ਰੋਜੈਕਟ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਜਿਹੇ ਦਾ ਉਦਘਾਟਨ ਹਲਕਾ ਇੰਚਾਰਜ ਅਤੇ ਜਲ ਸਰੋਤ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਕ੍ਰਿਕਟ ਐਸੋਸੀਏਸ਼ਨ ਪੰਜਾਬ ਦੇ ਮੈਂਬਰ ਹਰਸਿਮਰਨ ਸਿੰਘ ਘੁੰਮਣ ਵੱਲੋਂ ਆਪਣੇ ਜਿਹੜਾ ਕਰ ਕਮਲਾਂ ਨਾਲ ਕੀਤਾ ਗਿਆ। ਉਦਘਾਟਨ ਕਰਦਿਆਂ ਘੁੰਮਣ ਨੇ ਆਖਿਆ ਕਿ ਇਸ ਤੋਂ ਬਾਅਦ ਪਿੰਡ ਦੇ ਸੀਵਰੇਜ ਪੰਪ 'ਤੇ ਵੀ ਜਿਹੜਾ ਕੰਮ ਆ ਜਲਦੀ ਸ਼ੁਰੂ ਕੀਤਾ ਜਾਵੇਗਾ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਤਕਰੀਬਨ 38.57 ਲੱਖ ਦੇ ਇਸ ਪ੍ਰੋਜੈਕਟ ਦੇ ਚੱਲਦੇ ਕੰਮ ਦੌਰਾਨ ਜੇਕਰ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਬੇਝਿਜਕ ਨਗਰ ਪੰਚਾਇਤ ਦਫ਼ਤਰ ਨਾਲ ਸੰਪਰਕ ਕਰ ਸਕਦਾ। ਉਹਨਾਂ ਦੱਸਿਆ ਕਿ ਇਹ ਜਿਹੜਾ ਕੰਮ ਹੈ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਉਹ ਮੁਕੰਮਲ ਕਰ ਲਿਆ ਜਾਵੇਗਾ। ਇਸ ਦੌਰਾਨ ਐਡਵੋਕੇਟ ਹਰਸਿਮਰਨ ਘੁੰਮਣ ਅਤੇ SDM ਭੁਲੱਥ ਨਵਨੀਤ ਕੌਰ ਬਲ ਵੱਲੋਂ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਜਿਹੜੇ ਇਸ ਕੰਮ ਦੀ ਆ ਉਹ ਰਸਮੀ ਸ਼ੁਰੂਆਤ ਕੀਤੀ ਗਈ ਆ। ਇਸ ਮੌਕੇ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਕੀ ਆਖਿਆ? ਦੇਖੋ ਜੀ, ਇੱਕ ਤਾਂ ਜਿਹੜਾ ਪਾਣੀ ਦਾ ਨਿਕਾਸ ਆ ਨਡਾਲੇ ਦਾ, ਉਹ ਬਹੁਤ ਵੱਡਾ ਇਸ਼ੂ ਹੋ ਰਿਹਾ ਕਾਫੀ ਟਾਈਮ ਤੋਂ। ਅਤੇ ਸਾਨੂੰ ਮੇਰੀ ਇਲੈਕਸ਼ਨਸ ਦੇ ਵਿੱਚ ਵੀ ਸਾਨੂੰ ਇਹੀ ਕਾਲ ਸੀਗੀ ਕਿ ਕਦੋਂ ਜਿਹੜਾ ਇਲੈਕਸ਼ਨ ਕੋਡ ਆਫ ਕੰਡਕਟ ਖਤਮ ਹੋਵੇ ਅਤੇ ਆਪਾਂ ਇਹਦਾ ਜਿਹੜਾ ਵਰਕ ਆ ਉਹਨੂੰ ਰਿਜ਼ਿਊਮ ਕਰੀਏ, ਉਹਨੂੰ ਸਟਾਰਟ ਕਰੀਏ। ਤਾਂ ਬੜਾ ਮੈਂ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਅਤੇ ਨਾਲੇ ਵਧਾਈ ਦੇਣਾ ਚਾਹੁੰਦਾ ਨਡਾਲਾ ਵਾਸੀਆਂ ਨੂੰ ਕਿ ਚਲੋ ਕਿੰਨੇ ਸਾਲਾਂ ਦੀ ਗੱਲ ਹੈ, ਕਿਉਂਕਿ ਮੈਂ ਅੱਗੇ ਵੀ ਗੱਲ ਕਰਦਾ, ਜੇ ਕੋਈ ਜੀ 10 ਕਰੋੜ ਦੀ ਵੀ ਕੋਈ ਕੋਠੀ ਪਾ ਲੈਂਦਾ ਅਤੇ ਜੇ ਉਹਦਾ ਨਿਕਾਸ ਨਹੀਂ ਤਾਂ ਉਹ 10 ਕਰੋੜ ਦਾ ਨਰਕ ਹੋ ਜਾਂਦਾ। ਅਤੇ ਉਹ ਨਡਾਲੇ ਲਈ ਬੜੇ ਚਿਰ ਦਾ ਇਹ ਨਰਕ ਬਣਿਆ ਪਿਆ ਸੀਗਾ, ਜਿਹੜਾ ਪਿਛਲੀਆਂ ਸਰਕਾਰਾਂ ਦੇ ਟਾਈਮ 'ਚ ਪਿਛਲੇ ਲੀਡਰਾਂ ਨੇ ਕਦੀ ਗੋਲਿਆ ਵੀ ਨਹੀਂ। ਸੋ ਸਾਡੀ ਕੋਸ਼ਿਸ਼ ਰਹੂਗੀ ਕਿ ਇਹਨੂੰ ਐਜ਼ ਅ ਉਦਾਹਰਣ ਵੀ ਪੇਸ਼ ਕਰੀਏ ਅੱਗੇ ਆਉਣ ਵਾਲੇ ਸਮੇਂ ਲਈ ਵੀ, ਕਿ ਜਦੋਂ ਸਾਡੀ ਸਰਕਾਰ 'ਚ ਜਿਹੜਾ ਕੀਤਾ ਹੋਇਆ ਕੰਮ ਹੈ ਅਤੇ ਪੁਰਾਣੀਆਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਕੀਤੀਆਂ ਹੋਈਆਂ ਕਤਾਈਆਂ ਆ ਉਹਨਾਂ 'ਚ ਫਰਕ ਕਿੰਨਾ ਜ਼ਿਆਦਾ ਹੈ, ਕਿੰਨਾ ਚੰਗਾ ਕੰਮ ਕੀਤਾ ਹੈ। ਦੇਖੋ ਜੀ, ਇਹਦੇ ਬਾਰੇ ਅਸੀਂ ਹੁਣ ਬਹਿ ਕੇ ਡਿਸਕਸ਼ਨ ਇਸੇ 'ਤੇ ਕਰਾਂਗੇ ਸਾਰਿਆਂ ਨਾਲ। ਇਨਫੈਕਟ ਜਿਹੜੇ ਸਾਡੇ ਲੋਕਲ ਇੱਥੋਂ ਦੇ ਲੀਡਰ ਵੀ ਆ ਉਹ ਵੀ ਵਿੱਚ ਬਹਿਣਗੇ, ਆਪਾਂ ਵਿਲ ਡਿਸਕਸ ਓਵਰ ਇਟ। ਅਤੇ ਦੂਸਰਾ ਇਹ ਆ, ਇੱਕ ਇੱਥੇ ਸਾਡੇ ਜਿਹੜਾ EO ਆਫਿਸ ਸੀਗਾ ਉਹਦੇ ਹਾਲਾਤ ਬਹੁਤ ਮਾੜੇ ਸੀਗੇ, ਅੱਜ ਉਹਦਾ ਵੀ ਇਨੋਗਰੇਸ਼ਨ ਕੀਤਾ ਗਿਆ ਅਤੇ ਬੜੀ ਵਧਾਈ ਹੈ। ਨਾਲੇ ਸਭ ਤੋਂ ਵਧੀਆ ਗੱਲ ਹੈ ਕਿ ਕੰਮ ਕੰਪਲੀਟ ਹੋਣ ਤੋਂ ਬਾਅਦ ਇਹ ਕਰ ਰਹੇ ਹਾਂ ਅਤੇ ਆਪਣੇ ਆਪ 'ਚ ਵੱਡੀ ਅਚੀਵਮੈਂਟ ਹੈ, ਪਾਰਟ ਹੈ ਜੀ। ਇਹ ਜਿਹੜੀ ਔਨਗੋਇੰਗ ਜਿਹੜਾ ਸਾਰਾ ਹੈ ਨਾ ਨਡਾਲੇ ਦੇ ਵਿੱਚ ਉਹ ਵੀ ਆਉਂਦਾ ਹੈ, ਕੁਟੀਆ ਮਹੱਲਾ ਕਿਤੇ ਨਡਾਲੇ ਤੋਂ ਬਾਹਰ ਨਹੀਂ ਆਉਂਦਾ। ਸੋ ਪੂਰੇ ਨਡਾਲੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਨਫੈਕਟ ਇਹ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਵੀ ਹੋਰ ਵੀ ਸਿਸਟਮ ਪੂਰੇ ਹਲਕੇ 'ਚ ਜਿਹੜੇ ਜਿਹੜੇ ਨਗਰ ਪੰਚਾਇਤਾਂ 'ਚ ਇਸ਼ੂ ਆਉਂਦੇ ਆਪਾਂ ਉਹਨਾਂ ਸਾਰਿਆਂ ਨੂੰ ਰਿਵਿਊ ਕਰਾਂਗੇ। ਜਿਹੜਾ ਪ੍ਰੋਜੈਕਟ ਆ ਮੇਨਲੀ ਸਟਰੋਂਗ ਵਾਟਰ ਦਾ, ਜਿਹੜਾ ਸ਼ਹਿਰ 'ਚ ਪਹਿਲਾਂ ਡਰੇਨ ਦੀ ਪ੍ਰੋਬਲਮ ਆ ਰਹੀ ਆ, ਉਹਦੇ ਲਈ ਅਸੀਂ ਟੈਂਡਰ ਲਵਾਇਆ ਸੀ ਪਿਛਲੇ ਸਮੇਂ 'ਚ, ਉਹ ਮਚਿਓਰ ਹੋ ਗਿਆ ਸੀ ਅਤੇ ਹੁਣ ਟੈਂਡਰ ਅੱਜ ਉਹਨਾਂ ਨੂੰ ਵਰਕ ਆਰਡਰ ਦੇ ਕੇ ਅਤੇ ਕੰਮ ਅੱਜ ਸ਼ੁਰੂ ਕਰਵਾ ਦਿੱਤਾ ਗਿਆ। ਇਹ ਉੱਥੋਂ ਸ਼ੁਰੂ ਹੋ ਕੇ ਇਹ ਬਿਲਪੁਰ ਵਾਲੇ ਛੱਪੜ 'ਚ ਪਾਣੀ ਪਊਗਾ, ਸ਼ਹਿਰ ਦੀ ਮੈਨੂੰ ਲੱਗਦਾ 80% ਸਮੱਸਿਆ ਜਿਹੜੀ ਆ ਪਾਣੀ ਦੀ ਹੱਲ ਹੋਵੇਗੀ। 40 ਲੱਖ ਦਿਨਾਂ 'ਚ ਕੰਪਲੀਟ ਕਰ, ਚਲੋ 20 ਦਿਨ ਨਹੀਂ, 30 ਦਿਨ ਨਹੀਂ, 40 ਦਿਨਾਂ 'ਚ ਵੀ ਕਰਦੇ ਤਾਂ ਬਹੁਤ ਵੱਡੀ ਗੱਲ ਆ। ਅਤੇ ਸਾਡੀ ਕੋਸ਼ਿਸ਼ ਆ ਵੀ ਕੰਮ ਕੋਲ ਖਲੋ ਕੇ ਉੱਪਰ ਹੋ ਕੇ ਕਰਾਈਏ। ਅਤੇ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ, ਜੇ ਲੰਘਦੇ ਵੜਦੇ ਉਹਨਾਂ ਨੂੰ ਕਿਤੇ ਪ੍ਰੋਬਲਮ ਆਉਂਦੀ ਆ, ਦੇਖਦੇ ਆ ਵੀ ਆਹ ਗਲਤ ਹੋ ਰਿਹਾ ਜਾਂ ਉੱਥੇ, ਸਾਨੂੰ ਉਸੇ ਵੇਲੇ ਫੋਨ ਕਰਨ
ਮੈਨੂੰ ਕਾਰਨ ਮੇਰਾ ਫੋਨ 24 ਘੰਟੇ ਖੁੱਲ੍ਹਾ ਅਤੇ ਉਹ ਸਮੱਸਿਆ ਉਸੇ ਵੇਲੇ ਹੱਲ ਕੀਤੀ ਜਾਊਗੀ। ਸੀਵਰੇਜ ਨਹੀਂ, ਇਹ ਸਟੋਮ ਵਾਟਰ ਆ ਜੀ, ਮੀਂਹ ਦਾ ਵਾਟਰ, ਜਿਹੜਾ ਪਾਣੀ ਦਾ ਵਾਟਰ ਆ ਉਹ ਨਿਕਲਣ ਲਈ ਆ। ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਸੀਵਰੇਜ ਜਿਹੜਾ ਵਾ ਉਹ ਵੱਖਰੇ ਤੌਰ 'ਤੇ ਪ੍ਰੋਜੈਕਟ ਆ, ਉਹ ਵੀ ਛੇਤੀ ਕੰਮ ਸ਼ੁਰੂ ਹੋਣ ਜਾ ਰਿਹਾ। ਅੱਜ ਹੀ ਸਾਡੇ ਹਲਕਾ ਇੰਚਾਰਜ ਹਰਸਿਮਰਤ ਸਿੰਘ ਘੁੰਮਣ ਪਲੱਥ ਆਮ ਪਾਰਟੀ, ਦੇਖੋ ਇਹ ਕਈ ਦਿਨਾਂ ਦੇ ਕੰਮ ਰੁਕੇ ਸੀ ਜਿਹੜੇ, ਅੱਜ ਨਡਾਲੇ ਦੇ ਵਿੱਚ ਵੀ ਬਹੁਤ ਸਾਰੇ ਕੰਮ ਰੁਕੇ ਸੀ। ਅੱਜ ਸਾਡੇ ਘੁੰਮਣ ਸਾਹਿਬ ਨੇ ਆ ਕੇ ਨਡਾਲੇ ਵਿੱਚ ਨੀਂਹ ਪੱਥਰ ਰੱਖ ਕੇ ਅੱਜ ਵਿਕਾਸ ਜ਼ੋਰਾਂ 'ਤੇ ਕੰਮ ਸ਼ੁਰੂ ਕਰ ਦਿੱਤੇ ਨੇ। ਕੋਈ ਵੀ ਨਡਾਲੇ ਦਾ ਕੰਮ, ਭਲੱਥ ਦਾ ਕੰਮ, ਬੇਗਵਾਲ ਦਾ ਕੰਮ ਕੋਈ ਰਹਿਣ ਨਹੀਂ ਦਿੱਤਾ ਜਾਏਗਾ। ਘੁੰਮਣ ਸਾਹਿਬ ਕਹਿ ਰਹੇ ਨੇ ਕਿ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। ਇਹ ਪਾਣੀ ਦੀ ਸਮੱਸਿਆ ਅੱਜ ਉਹਦਾ ਉਦਘਾਟਨ ਕੀਤਾ, ਹੜ੍ਹਾਂ ਦਾ ਪਾਣੀ, ਪੁਲੀਆਂ ਦਾ ਪਾਣੀ ਜੋ ਵੀ ਹੈ ਉਹਦਾ ਅੱਜ ਨੀਂਹ ਪੱਥਰ ਰੱਖਿਆ ਗਿਆ, ਅੱਜ ਤੋਂ ਹੀ ਕੰਮ ਸ਼ੁਰੂ ਹੋਏ। ਇਸੇ ਤਰ੍ਹਾਂ ਹੀ ਨਵਾਂ ਦਫ਼ਤਰ ਦਾ ਉਦਘਾਟਨ ਈਓ ਸਾਹਿਬ ਦਾ, ਇਹ ਵੀ ਅੱਜ ਤੋਂ ਪੂਰਾ ਤਿਆਰ ਹੈ। ਹਰਸਿਮਰਤ ਸਿੰਘ ਘੁੰਮਣ ਸਾਹਿਬ ਅੱਜ ਬੈਠੇ ਨੇ ਇੱਥੇ, ਨਾਲੇ ਰੋਜ਼ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਅਤੇ ਪਹਿਲ ਦੇ ਆਧਾਰ 'ਤੇ ਕੰਮ ਕੀਤੇ ਜਾਣਗੇ। ਧੰਨਵਾਦ ਜੀ।